ਤਸਕਰ ਤੇ ਦੇਖ ਰਹੇ ਟੀਵੀ ਪੰਜਾਬ ਮੈਂ ਤੁਹਾਡਾ ਨਾਮ ਜਸਪ੍ਰੀਤ ਸਿੰਘ ਅਸ਼ਕ ਸ਼੍ਰੀਕੇਸਗੜ੍ਹ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੋਣਾ ਵੱਲੋਂ ਅੰਮ੍ਰਿਤਪਾਲ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਇਹ ਗੁਹਾਰ ਲਗਾਈ ਹੈ ਕਿ ਅੰਮ੍ਰਿਤਪਾਲ ਦੇ ਉੱਤੇ ਲਗਾਇਆ ਗਿਆ NSA ਹਟਾਇਆ ਜਾਵੇ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੌਜਵਾਨਾਂ ਉੱਤੇ ਐਨਐਸਏ ਲਗਾ ਰਹੀ ਹੈ ਜਾਂ ਉਹ ਨੌਜਵਾਨ ਜਿਨ੍ਹਾਂ ਨੇ ਕੇਵਲ ਅੰਮ੍ਰਿਤਪਾਲ ਨਾਲ ਫੋਟੋ ਹੀ ਖਿਚਾਈਆਂ ਸਨ ਉਹਨਾਂ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਉਹ ਸਹੀ ਨਹੀਂ ਹੈ ਰੁਕਵੀਰ ਸਿੰਘ ਹੋਣਾਂ ਨੇ ਇਹ ਵੀ ਆਖਿਆ ਹੈ ਕਿ ਉਹ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ ਜੇਕਰ ਉਹ ਬੇਕਸੂਰ ਨੇ ਤਾਂ ਉਹਨਾਂ ਰਹਾ ਕੀਤਾ ਜਾਵੇ ਤਾਂ ਜੋ ਆਪਣੇ ਪਰਿਵਾਰ ਨਾਲ ਕਿਰਤ ਕਮਾਈ ਕਰ ਸਕਣ ਤੇ ਜੇਕਰ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੀ ਰੱਖਿਆ ਜਾਵੇ ਪਰ ਐਨਐਸਏ ਲਾਉਣਾ ਸਹੀ ਨਹੀਂ ਹੈ ਆਓ ਤੁਹਾਨੂੰ ਸੁਣਾ ਦਨੇ ਆ ਕੀ ਕਹਿਣਾ ਹੈ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੋਣਾ ਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4-5 ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਔਰ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਵਿੱਚ ਬੜੀ ਇੱਕ ਦਹਿਸ਼ਤ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਥਾ ਥਾ ਤੇ ਭਗੜੜ ਮੱਚੀ ਹੋਈ ਹੈ ਗਲੀਆਂ ਬਾਜ਼ਾਰਾਂ ਸੜਕਾਂ ਤੇ ਪੁਲਿਸ ਜਿਹੜੀ ਹੈ ਉਹ ਫ੍ਰੈਗ ਮਾਰਚ ਕਰ ਰਹੀ ਹੈ ਜਿਸ ਨਾਲ ਪੰਜਾਬ ਦੇ ਵਸਿੰਦਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਹੀ دہشت ਜਿਹੜੀ ਹੈ ਉਹ ਮਾਰਾ ਵਿੱਚ ਪੈਦਾ ਹੋ ਰਹੀ ਹੈ ਔਰ ਭਾਈ ਅੰਮਿਤਪਾਲ ਸਿੰਘ ਜਿਹਨਾਂ ਨੂੰ ਫੜਨ ਵਾਸਤੇ ਪੁਲਿਸ ਜਿਹੜੀ ਹੈ ਉਹ ਬਹੁਤ ਯਤਨ ਕਰ ਰਹੀ ਹੈ ਔਰ ਇੱਕ ਅਨਿਸ਼ਚਿਤਤਾ ਬਣੀ ਹੋਈ ਹੈ ਹੋ ਸਕਦਾ ਹੈ ਕਿ ਭਾਈ ਅੰਮਿਤਪਾਲ ਸਿੰਘ ਪੁਲਿਸ ਦੀ ਕਸਟਡੀ ਵਿੱਚ ਹੀ ਹੋਣ ਜੇਕਰ ਉਹ ਭਾਈ ਸਾਹਿਬ ਪੁਲਿਸ ਦੀ ਕਸਟਡੀ ਵਿੱਚ ਨੇ ਤੇ ਉਹਨਾਂ ਨੂੰ ਕਾਨੂੰਨ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹ ਕੋਰਟ ਵਿੱਚ ਪੇਸ਼ ਕਰਨਾ ਚਾਹੀਦਾ ਹੈ ਔਰ ਸਭ ਨੂੰ ਉਹਨਾਂ ਦੇ ਪਰਿਵਾਰ ਨੂੰ ਪੰਥ ਨੂੰ ਪੰਜਾਬ ਨੂੰ ਇੱਕ ਮਨ ਵਿੱਚ ਡਰ ਪੈਦਾ ਹੋਇਆ ਕਿਤੇ ਉਹਨਾਂ ਦੇ ਨਾਲ ਕੋਈ ਕਿਸੇ ਪ੍ਰਕਾਰ ਦੀ ਕੋਈ ਅਨਸਖਮ ਜਿਹੜੀ ਘਟਨਾ ਹੈ ਉਹਨਾਂ 'ਤੇ ਵਾਪਰ ਜਾਏ ਕਿਉਂਕਿ ਭਾਈ ਅਮਿਤਪਾਲ ਸਿੰਘ ਨੇ ਕੋਈ ਐਸਾ ਕਸੂਰ ਨਹੀਂ ਕੀਤਾ ਕਿ ਉਹਨਾਂ ਨੂੰ ਜਿਹੜਾ ਪਗੌੜਾ ਕਰਾ ਦਿੱਤਾ ਜਾਏ ਔਰ ਕਈ ਤਰ੍ਹਾਂ ਦੀ ਦੂਸ਼ਣਵਾਦੀ ਆਈਐਸ ਨਾਲ ਸਬੰਧਾਂ ਦੀ ਵਗੈਰਾ ਵਗੈਰਾ ਉਹਨਾਂ 'ਤੇ ਲਾਉਣ ਦਾ ਜਿਹੜਾ ਉਹ ਸਰਕਾਰ ਵੱਲੋਂ ਜਿਹੜੇ ਯਤਨ ਨੇ ਉਹ ਕੀਤੇ ਜਾ ਰਹੇ ਨੇ ਔਰ ਪੰਜਾਬ ਦੇ ਵਿੱਚੋਂ ਬੇਕ ਸੂਰੇ ਨੌਜਵਾਨਾਂ ਨੂੰ ਫੜ-ਫੜ ਕੇ ਜਿਨ੍ਹਾਂ ਨੇ ਕਿਤੇ ਭਾਈ ਅਮਿਤ ਪਾਸਿੰਗਲ ਟੈਲੀਫੋਨ ਤੇ ਗੱਲ ਕੀਤੀ ਹੋਵੇ ਜਾਂ ਫੇਸ ਟੂ ਫੇਸ ਬੈਠ ਕੇ ਗੱਲਬਾਤ ਕੀਤੀ ਹੋਵੇ ਜਾਂ ਕਿ ਜਾਂ ਕਿਸੇ ਨੇ ਫੋਟੋ ਖਿਚਵਾਈ ਹੋਵੇ ਤੇ ਉਹਨਾਂ ਨੂੰ ਫੜ-ਫੜ ਕੇ ਤੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਦੂਰ ਸਟੇਟਾਂ ਦੇ ਵਿੱਚ ਸੁੱਟ ਦੇਣਾ ਜਿੱਲਾਂ ਵਿੱਚ ਕੈਦ ਕਰ ਦੇਣਾ ਇਹ ਪੰਜਾਬ ਦੇ ਵਿੱਚ ਫੇਰ ਦੁਬਾਰਾ ਤੋਂ ਜਿਹੜਾ ਪਿਛਲਾ ਮਾਹੌਲ ਸੀ ਉਹ ਪਿਆਦਾ ਕਰਨ ਦਾ ਸਰਕਾਰਾਂ ਦੇ ਵੱਲੋਂ ਵਿਰਤਨ ਕੀਤਾ ਜਾ ਰਿਹਾ ਹੈ ਕਿਉਂਕਿ ਬਿਲਕੁਲ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਇਹਨਾਂ ਬੇਕਸੂਰੇ ਨੌਜਵਾਨਾਂ ਤੋਂ ਜਿਹੜਾ ਐਨਐਸਏ ਐਕਟ ਹੈ ਇਹਨੂੰ ਹਟਾਇਆ ਜਾਏ ਔਰ ਉਹਨਾਂ ਨੂੰ ਪੰਜਾਬ ਦੀਆਂ ਜਿਹੜੀਆਂ ਕੂਦਿਆਲਾਂ ਨੇ ਉਹਨਾਂ ਨੂੰ ਤਬਦੀਲ ਕੀਤਾ ਜਾਏ ਔਰ ਜਿਹੜੇ ਬੇਕਸੂਰੇ ਨੌਜਵਾਨ ਨੇ ਤੁਰੰਤ ਸਰਕਾਰਾਂ ਉਹਨਾਂ ਨੂੰ ਰਿਹਾ ਕਰਨ ਤਾਂ ਕਿ ਉਹ ਨੌਜਵਾਨ ਆਪੋ ਆਪਣੀ ਜਿਹੜੀ ਗਿਰਤ ਹੈ ਆਪਣੇ ਘਰਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਵਿੱਚ ਜਾ ਕੇ ਉਹ ਕਰ ਸਕਣ ਔਰ ਪੰਜਾਬ ਦਾ ਖਾਸ ਧਿਆਨ ਰੱਖਿਆ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਦੇ ਵਿੱਚ ਜੇਕਰ ਬਾਦਮਨੀ ਫੈਲਦੀ ਹੈ ਤੇ ਇਹ ਸਾਰੇ ਹਿੰਦੁਸਤਾਨ ਵਾਸਤੇ ਹੀ ਇੱਕ ਬਾਦਮਨੀ ਵਾਲਾ ਮਾਹੌਲ ਜਿਹੜਾ ਉਹ ਪੈਦਾ ਹੋ ਸਕਦਾ ਹੈ ਇਸ ਕਰਕੇ ਹਮੇਸ਼ਾ ਸਰਕਾਰਾਂ ਜਿਹੜੀਆਂ ਨੇ ਬਾਰਡਰ ਸਟੇਟ ਹੋਣ ਕਰਕੇ ਬਹੁਤ ਜ਼ਿਆਦਾ ਖਿਆਲ ਰੱਖ ਕੇ ਤੇ ਪੰਜਾਬ ਵਿੱਚ ਜਿਹੜੀ ਅਮਨ ਸ਼ਾਂਤੀ ਹੈ ਉਹਨੂੰ ਕਾਇਮ ਰੱਖਣ ਦਾ ਯਤਨ ਕਰਨ ਔਰ ਜੋ ਬੇਕਸੂਰ ਨੌਜਵਾਨ ਜਿੱਲਾਂ ਕਿ ਡੱਕੇ ਹੋਏ ਨੇ ਉਹਨਾਂ ਉੱਤਵੈਲ ਐਸ ਐਕਟ ਹਟਾ ਕੇ ਔਰ ਉਹਨਾਂ ਨੂੰ ਜਦ ਜਿਹੜਾ ਜਿਲ੍ਹਾ ਜਿਲ੍ਹਾ ਵਿੱਚੋਂ ਰਿਹਾ ਕੀਤਾ ਜਾਏ ਜੇਕਰ ਕਿਸ ਨੇ ਕੋਛੋਟਾ ਮੋਟਾ ਕਸੂਰ ਕੀਤਾ ਵੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਏ ਤਾਂ ਕਿ ਸੋ ਇਹ ਸਭ શ્રી ਕੇਸਗੜ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜਿਨ੍ਹਾਂ ਨੇ ਅੰਮ੍ਰਿਤਪਾਲ ਉੱਤੇ ਐਨਐਸਏ ਲਗਾਉਣ ਨੂੰ ਲੈ ਕੇ ਆਪਣਾ ਇੱਕ ਵੱਡਾ ਬਿਆਨ ਦਿੱਤਾ ਹੈ ਸੋ ਮੈਨੂੰ ਜਸਪ੍ਰੀਤ ਸਿੰਘ ਅਸ਼ਕਰ ਨੂੰ ਦੇ ਇਜਾਜ਼ਤ ਦੇਖਦੇ ਟੀਵੀ ਪੰਜਾਬ ਧੰਨਵਾਦ